ਆ ਦੇਖੋ ਕਿੱਦਾਂ ਧੋਣ ਡਗੋਣ ਡਿਆ। ਤੇ ਜਨਾਬ ਇਹ 4:30 ਵਜੇ ਪਕੜਿਆ ਏ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ, ਨੈਵਰ ਮਿਸ ਐਨ ਅਪਡੇਟ। ਹਾਂਜੀ ਅਸਲਾਮ ਵਾਲੇਕਮ ਭਾਈ, ਕੀ ਹਾਲ ਆ ਸਾਰਿਆਂ ਦੋਸਤਾਂ ਦਾ? ਯਾਰ ਉਹ ਬੱਚਾ ਵਿੱਚ ਸਿੱਟਿਆ ਪਕੜਿਆ ਵਾ, ਤੁਹਾਨੂੰ ਸ਼ੋਅ ਕਰਾਉਂਦੇ ਪ੍ਰੋਪਰ। ਉਹ ਦੇਖੋ ਬੈਠਾ ਹੋਇਆ। ਮੇਰਾ ਭਰਾ ਚੈਨਲ ਨੂੰ ਫੋਲੋ ਕਰੋ, ਜਿਹੜੇ ਮੇਰਾ ਭਰਾ ਨਏ ਚੈਨਲ 'ਤੇ ਉਹ ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਹਾਨੂੰ ਡੇਲੀ ਵੀਡੀਓ ਮਿਲਦੀ ਰਹੇ, ਮਿਸ ਨਾ ਹੋਵੇ ਵੀਡੀਓ। ਬੜੀ ਮਿਹਰਬਾਨੀ। ਅਸਲ 'ਚ ਨਾ ਮੋਬਾਈਲ ਨੀਚੇ ਸੀ ਅਤੇ ਇਸ ਵਜ੍ਹਾ ਤੋਂ ਨਾ ਜ਼ਰਾ ਵੀਡੀਓ ਨਹੀਂ ਸ਼ੂਟ ਕਰ ਪਾਇਆ। ਅਤੇ ਉਹ ਬੈਠਾ ਜਨਾਬ, ਹੁਣੇ ਆ ਕੇ ਨਾ ਆਇਆ ਹੀ ਆ ਉੱਪਰ ਛੱਤ 'ਤੇ, ਜਾਲ 'ਤੇ ਬਹਿ ਗਿਆ ਸੀ, ਫਿਰ ਵਿੱਚ ਸਿੱਟ ਲਿਆ। ਮਜ਼ੀਦ ਇੱਕੋ ਜਿਹੜਾ ਸੀਗਾ ਉਹਨੇ ਤਾਂ ਬੜਾ ਖੱਜਲ ਖਰਾਬ ਕੀਤਾ, ਅਤੇ ਉੱਡ ਗਿਆ ਵਾ, ਉਹਨੂੰ ਵੀ ਸ਼ਾਮ ਨੂੰ ਫੜ ਲਾਂਗੇ ਜੇ ਆਉਂਦਾ। ਆਹ ਬੱਚਾ ਜੀ, ਆਹ ਦੇਖੋ, ਆਹ ਮੱਤ ਵੱਜੀ ਪਈ ਦੇਖੋ। ਆਹ ਦੇਖੋ ਜੀ, ਇਹਨੂੰ ਉਰੇ ਲਿਆਉਂਦੇ ਹਾਂ। ਦੇਖੋ ਮੱਤ ਕਿੱਦਾਂ ਕਿੱਦਾਂ ਦਾ ਉੱਡਿਆ, ਸੁਬਹਾ ਦੇ ਲੱਗਦਾ ਉੱਡਿਆ। ਹੁਣ ਖਿੱਚਦਾ ਇਹ ਆ, ਪਕੜ ਲਿਆ ਬੱਚਾ, ਕੱਢ ਬਾਹਰ ਇਹਨੂੰ ਫੜ ਕੇ। ਆਹ ਬੱਚਾ ਜੀ ਨਾ ਜਿਹੜਾ ਫੜਿਆ, ਬਸ ਇਹਦਾ ਦਿਖਾ ਦਰਾ, ਇਹਦੇ ਅੱਖ ਪਰ ਦਿਖਾ, ਅਤੇ ਅੱਖ ਦਾ ਤੁਹਾਨੂੰ ਸ਼ੋਅ ਕਰਾਉਂਦੇ ਹਾਂ। ਆਹ ਬੱਚਾ ਜੀ ਨਾ ਫੜਿਆ, ਚੰਗੇ ਕਿਸੇ ਸ਼ਿਕਾਰੀ ਬੰਦੇ ਦਾ ਬੱਚਾ, ਬਹੁਤ ਹੀ ਚੰਗਾ ਬੱਚਾ ਅਤੇ ਹੈ ਵੀ, ਇਹ ਤੁਹਾਨੂੰ ਪਿੱਛੋਂ ਦਿਖਾਉਂਦੇ ਵਗਿਆ। ਆਹ ਦੇਖੋ, ਆਹ ਦੇਖ ਸਕਦੇ ਹੋ ਤੁਸੀਂ, ਆਹ ਬੱਚਾ ਜਨਾਬ, ਆਹ ਦੇਖੋ ਕੀ ਹਾਲ ਹੋਇਆ। ਆਹ ਦੇਖੋ ਪਾਣੀ ਦੇ ਵਿੱਚ, ਆਹ ਦੇਖੋ ਕਿੱਦਾਂ ਧੋਣ ਡਗੋਣ ਡਿਆ।